ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੇ ਸਪੈਰੇ ਨੂੰ ਆਪਾਂ 80 ਦੀ ਸਪੀਡ 'ਤੇ ਡਿਕਟੇਟ ਕਰਾਂਗੇ। ਤਾਜ ਮਹਿਲ ਸੰਬੰਧਿਤ ਪੈਰੇ ਜੀ, ਸੋ ਧਿਆਨ ਨਾਲ ਕਰਨਾ। ਹਾਂਜੀ ਸਟਾਰਟ। ਤਾਜ ਮਹਿਲ ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਇੱਕ ਸੰਸਾਰ ਵਿਰਾਸਤ ਮਕਬਰਾ ਹੈ। ਡੰਡੇ ਇਸ ਦੀ ਉਸਾਰੀ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਮਹਿਲ ਦੀ ਯਾਦ ਵਿੱਚ ਕਰਵਾਇਆ ਸੀ। ਡੰਡੇ ਤਾਜ ਮਹਿਲ ਮੁਗਲ ਵਾਸਤੂਕਲਾ ਦਾ ਉੱਤਮ ਨਮੂਨਾ ਹੈ। ਡੰਡੇ ਇਸ ਦੀ ਵਾਸਤੂ ਸ਼ੈਲੀ ਫਾਰਸੀ, ਤੁਰਕ, ਭਾਰਤੀ ਅਤੇ ਇਸਲਾਮੀ ਵਾਸਤੂਕਲਾ ਦੇ ਘਟਕਾਂ ਦਾ ਅਨੋਖਾ ਸੁਮੇਲ ਹੈ। ਡੰਡੇ ਸੰਨ 1983 ਵਿੱਚ ਤਾਜ ਮਹਿਲ ਯੂਨੈਸਕੋ ਸੰਸਾਰ ਅਮਾਨਤ ਟਿਕਾਣਾ ਬਣਿਆ। ਡੰਡੇ ਇਸ ਦੇ ਨਾਲ ਹੀ ਇਸ ਨੂੰ ਸੰਸਾਰ ਅਮਾਨਤ ਦੇ ਸਭਨੀ ਥਾਈਂ ਪ੍ਰਸ਼ੰਸਾ ਪਾਉਣ ਵਾਲੀ ਅਤਿ ਉੱਤਮ ਮਾਨਵੀ ਕ੍ਰਿਤੀਆਂ ਵਿੱਚੋਂ ਇੱਕ ਦੱਸਿਆ ਗਿਆ। ਡੰਡੇ ਤਾਜ ਮਹਿਲ ਨੂੰ ਭਾਰਤ ਦੀ ਇਸਲਾਮੀ ਕਲਾ ਦਾ ਰਤਨ ਵੀ ਘੋਸ਼ਿਤ ਕੀਤਾ ਗਿਆ ਹੈ। ਡੰਡੇ ਸਧਾਰਨ ਤੌਰ 'ਤੇ ਵੇਖੇ ਗਏ ਸੰਗਮਰਮਰ ਦੀਆਂ ਸਿੱਲੀਆਂ ਦੀ ਵੱਡੀਆਂ ਵੱਡੀਆਂ ਪਰਤਾਂ ਨਾਲ ਢੱਕ ਕੇ ਬਣਾਏ ਗਏ ਭਵਨਾਂ ਦੀ ਤਰ੍ਹਾਂ ਨਾ ਬਣਾ ਕੇ ਇਸ ਦਾ ਚਿੱਟਾ ਗੁਬੰਦ ਅਤੇ ਟਾਇਲ ਸਰੂਪ ਸੰਗਮਰਮਰ ਨਾਲ ਢੱਕਿਆ ਹੈ। ਡੰਡੇ ਕੇਂਦਰ ਵਿੱਚ ਬਣਿਆ ਮਕਬਰਾ ਆਪਣੀ ਵਾਸਤੂ ਸ੍ਰਿਸ਼ਟਤਾ ਪੱਖੋਂ ਸੌਂਦਰਿਆ ਦੇ ਸੰਯੋਜਨ ਦਾ ਪਤਾ ਦਿੰਦਾ ਹੈ। ਡੰਡੇ ਤਾਜ ਮਹਿਲ ਭਵਨ ਸਮੂਹ ਦੀ ਸੰਰਚਨਾ ਦੀ ਖਾਸ ਗੱਲ ਹੈ ਕਿ ਇਹ ਪੂਰਾ ਸਮਮਿਤੀ ਹੈ। ਡੰਡੇ ਇਸ ਦਾ ਨਿਰਮਾਣ ਸੰਨ 1648 ਦੇ ਲਗਭਗ ਮੁਕੰਮਲ ਹੋਇਆ ਸੀ। ਡੰਡੇ ਉਸਤਾਦ ਅਹਿਮਦ ਲਾਹੌਰੀ ਨੂੰ ਅਕਸਰ ਇਸ ਦਾ ਪ੍ਰਧਾਨ ਰੂਪਾਂਕਨਕਰਤਾ ਮੰਨਿਆ ਜਾਂਦਾ ਹੈ। ਡੰਡੇ ਤਾਜ ਮਹਿਲ ਦਾ ਕੇਂਦਰ ਬਿੰਦੂ ਹੈ। ਡੰਡੇ ਇੱਕ ਵਰਗਾਕਾਰ ਨੀਂਹ ਆਧਾਰ ਉੱਤੇ ਬਣਿਆ ਚਿੱਟਾ ਸੰਗਮਰਮਰ ਦਾ ਮਜ਼ਾਰ ਹੈ। ਡੰਡੇ ਹਾਂਜੀ ਪੈਰਾ ਹਾਂਜੀ ਸਟਾਰਟ। ਇਹ ਇੱਕ ਸਮਮਿਤੀ ਇਮਾਰਤ ਹੈ ਜਿਸ ਵਿੱਚ ਇੱਕ ਈਵਾਨ ਯਾਨੀ ਬੇਹੱਦ ਵਿਸ਼ਾਲ ਵਕਰਾਕਾਰ ਦੀਵਾਰ ਹੈ। ਡੰਡੇ ਇਸ ਇਮਾਰਤ ਦੇ ਉੱਤੇ ਇੱਕ ਵ੍ਰਹਿਤ ਗੁਬੰਦ ਸੋਭਨੀਕ ਹੈ। ਡੰਡੇ ਜ਼ਿਆਦਾਤਰ ਮੁਗਲ ਮਜ਼ਾਰਾਂ ਵਾਂਗ ਇਸ ਦੇ ਮੂਲ ਹਿੱਸੇ ਫਾਰਸੀ ਮੂਲ ਦੇ ਹਨ। ਡੰਡੇ ਇਸ ਦਾ ਬੁਨਿਆਦੀ ਆਧਾਰ ਇੱਕ ਵਿਸ਼ਾਲ ਬਹੁਕਕਸ਼ੀ ਸੰਰਚਨਾ ਹੈ। ਡੰਡੇ ਇਹ ਪ੍ਰਧਾਨ ਕਕਸ਼ ਘਣਾਕਾਰ ਹੈ ਅਤੇ ਜਿਸ ਦਾ ਹਰ ਇੱਕ ਕਿਨਾਰਾ 55 ਮੀਟਰ ਹੈ। ਡੰਡੇ ਲੰਬੇ ਕਿਨਾਰਿਆਂ ਉੱਤੇ ਇੱਕ ਭਾਰੀ ਭਰਕਮ ਪਿਸ਼ਤਾਕ ਜਾਂ ਮਿਹਰਾਬਾਕਾਰ ਛੱਤ ਵਾਲੇ ਕਕਸ਼ ਦੀਵਾਰ ਹਨ। ਡੰਡੇ ਇਹ ਉੱਤੇ ਬਣੇ ਮਹਿਰਾਬ ਵਾਲੇ ਛੱਜੇ ਵੱਲੋਂ ਸਮਿਲਿਤ ਹੈ। ਡੰਡੇ ਮੁੱਖ ਹਿਰਾਬ ਦੇ ਦੋਨਾਂ ਵੱਲ ਇੱਕ ਦੇ ਉੱਤੇ ਦੂਜਾ ਸੈਲੀਮੇ ਦੋਨਾਂ ਵੱਲ ਦੋ ਦੋ ਇਲਾਵਾ ਪਿਸ਼ਤਾਕ ਬਣੇ ਹਨ। ਡੰਡੇ ਇਸ ਸ਼ੈਲੀ ਵਿੱਚ ਕਕਸ਼ ਦੇ ਚਾਰਾਂ ਕਿਨਾਰਿਆਂ ਉੱਤੇ ਦੋ ਦੋ ਪਿਸ਼ਤਾਕ ਬਣੇ ਹਨ। ਡੰਡੇ ਇਹ ਰਚਨਾ ਇਮਾਰਤ ਦੇ ਹਰ ਇੱਕ ਵੱਲ ਪੂਰਾ ਸਮਮਿਤੀਏ ਹੈ ਜੋ ਕਿ ਇਸ ਇਮਾਰਤ ਨੂੰ ਵਰਗ ਦੇ ਬਜਾਏ ਅਸ਼ਟ ਕੋਣ ਬਣਾਉਂਦੀ ਹੈ, ਪਰ ਕੋਨੇ ਦੇ ਚਾਰਾਂ ਭੁਜਾਵਾਂ ਬਾਕੀ ਚਾਰ ਕਿਨਾਰਿਆਂ ਵੱਲੋਂ ਕਾਫ਼ੀ ਛੋਟੀ ਹੋਣ ਦੇ ਕਾਰਨ ਇਸ ਨੂੰ ਵਰਗਾਕਾਰ ਕਹਿਣਾ ਹੀ ਉਚਿਤ ਹੋਵੇਗਾ। ਡੰਡੇ ਮਕਬਰੇ ਦੇ ਚਾਰੇ ਪਾਸੇ ਚਾਰ ਮੀਨਾਰਾਂ ਮੂਲ ਆਧਾਰ ਚੌਂਕੀ ਦੇ ਚਾਰਾਂ ਖੂੰਜਿਆਂ ਵਿੱਚ ਇਮਾਰਤ ਦੇ ਦ੍ਰਿਸ਼ ਨੂੰ ਇੱਕ ਚੌਖਟੇ ਵਿੱਚ ਬਾਂਧਦੀ ਪ੍ਰਤੀਤ ਹੁੰਦੀਆਂ ਹਨ। ਡੰਡੇ
मुख कक्ष विच मुमताज़ महल अते शाहजहां दे नकली कबरां हन। डंडी ए खूब अलंकृत हन अते इन्हां दी असल हेठले तल उते स्थित है। डंडी मकबरे उते सर्वोच्च सुभाई मान। हांजी स्टॉप।